ਤੁਰੇ ਖਾ ਕੇ ਗੁਜ਼ਾਰਾ ਕਰਦੇ ਹਨ, ਸੂਰ ਵੀ ਖਾਂਦੇ ਹਨ, ਹਰਾਮ ਵੀ ਖਾਂਦੇ ਹਨ। ਅਗਰਚੇ ਅੱਲਾ ਪਾਕ ਸਾਨੂੰ ਬਚਾਈ ਰੱਖਿਆ, ਮਗਰ ਭੁੱਖ ਇਤਨੀ ਹੁੰਦੀ ਆਈ ਕਿ ਸਾਨੂੰ ਤਨ ਕੱਜਣ ਵਾਸਤੇ ਕੱਪੜਾ ਕੋਈ ਨਾ ਹੀ ਮਿਲਦਾ। ਹੱਤਾ ਜਾ ਅੱਛਾ ਚੇਤ ਅੱਲਾ ਨੇ ਰਹਿਮਤ ਦੀ ਬਾਰਿਸ਼ ਬਰਸਾਈ ਏ, ਇੱਕ ਇਹੋ ਜਿਹਾ ਬੰਦਾ ਆਇਆ ਸਾਡੇ ਵਿੱਚੋਂ ਉੱਠਿਆ ਜਿਹੜਾ ਮੁਸਕਰਾਵੇ ਤਾਂ ਹਨੇਰੀ ਰਾਤ ਵੀ ਦੁਪਹਿਰ ਮਲੂਮ ਹੁੰਦੇ ਨੇ। ਇਹੋ ਜਿਹਾ ਬੰਦਾ ਆਇਆ ਜਿਹੜਾ ਖੁੱਲੇ ਮੱਥੇ ਨਾਲ ਜੇ ਬੰਦਾ ਉਸਦੇ ਮੱਥੇ ਦਿਲ ਚ ਵੇਖੇ ਤਾਂ ਯਾਰਾਂ ਯਾਰਾਂ ਦਿਨ ਦੀ ਭੁੱਖ ਦਾ ਨਾਂ ਨਿਸ਼ਾਨ ਖਤਮ ਹੋ ਜਾਂਦਾ। ਇਹੋ ਜਿਹਾ ਬੰਦਾ ਆਇਆ ਅੱਲਾ ਉਸਨੂੰ ਉਠਾਇਆ ਸਾਡੇ ਵਿੱਚੋਂ। ਜੇ ਬੰਦਾ ਸਾਰਾ ਕੱਲੋਤਰ ਤੇ ਕਬੀਲਾ ਉਸਦਾ ਮਰ ਖੱਪ ਗਿਆ ਹੋਵੇ, ਦਰਦਾਂ ਤੇ ਵਿਛੋੜਿਆਂ ਦੇ ਅੰਦਰ ਤੀਰਾਂ ਦੀ ਮਾਂਗ ਤੱਲੇ ਉਹਦਾ ਜ਼ਿੰਦਗੀ ਗੁਜ਼ਰਦਾ ਹੋਵੇ, ਤੇ ਜੇ ਇੱਕ ਲਾਜ਼ਾ ਉਹਦੀ ਸੋਹਬਤ ਚ ਆਦਮੀ ਕਰੇ ਉਹਦੀ ਮਹਿਫਲ ਚ ਬਵੇ ਤਾਂ ਸਾਰੇ ਮੋਏ ਹੋਏ ਭੁੱਲ ਵੈਂਦੇ। ਮੁਗੀਰਾ ਬਿਨ ਸ਼ੋਭਾ ਜੇ ਲੱਗੀ ਖਲੋਤਾ ਯਰਦ ਜਰਦ ਉਸਨੇ ਰੋਂਦਾ ਬੈਠਾ। ਬਹਰਹਾਲ ਸੱਚ ਦਾ ਅਸਰ ਤਾਂ ਹੁੰਦਾ ਹੈ ਨਾ, ਭਾਵੇਂ ਮਿੰਟ ਵਾਸਤੇ ਹੋਵੇ ਤੇ ਭਾਵੇਂ ਸਾਲ ਦੇ ਬਾਅਦ। ਹੱਤਾ ਕਿ ਜਿਹੜਾ ਉਹ ਬੰਦਾ ਸਾਡੇ ਵਿੱਚ ਆਇਆ ਹੈ, ਮਾ ਕਜ਼ਾਬਾ ਝੂਠ ਖਤਮ ਥੀ ਗਿਆ ਹੈ, ਸੱਚ ਸਾਡੇ ਉੱਤੇ ਗਾਲਬ ਥੀ ਗਿਆ ਹੈ, ਹਰਾਮ ਦਾ ਤੀਆ ਪਾਚਾ ਤੇ ਸਤੀਆ ਨਾਸ ਕਰ ਦਿੱਤਾ ਸੀ। ਹਿੱਕੇ ਉਹ ਵੇਲਾ ਆਈ ਜਦਾਂ ਹਰਾਮ ਨੂੰ ਸ਼ੌਕ ਨਾਲ ਬੰਦੇ ਖਾਂਦੇ ਹਨ, ਜਾਂ ਹੁਣ ਇਹ ਵੇਲਾ ਹੈ ਜੋ ਅਸਾਂ ਸ਼ੱਕ ਵਾਲੀ ਚੀਜ਼ ਦੇ ਨੇੜੇ ਵੀ ਨਹੀਂ ਵੈਂਦੇ। ਜਿੱਥੇ ਸ਼ੱਕ ਪਾਏ ਵੰਨੇ ਬੁਨਿਆਦ ਹੀ ਅੱਲਾ ਦੇ ਰਸੂਲ ਇੰਜ ਬੱਥੇ, ਸ਼ੱਕ ਵਾਲੀ ਚੀਜ਼ ਦੇ ਨੇੜੇ ਹੀ ਅਸਾਂ ਨਹੀਂ ਵੈਂਦੇ। ਸਾਨੂੰ ਉਸਨੇ ਸਮਝਾ ਦਿੱਤਾ ਹੈ, ਮਨੀ ਤਕਸ਼ੁਬਹਾ ਫਕਦ ਇਸਤਬਰਾ ਲਦੀਨ ਹੀ ਵਰਜ਼ੀ। ਉਹ ਸਾਨੂੰ ਆ ਕੇ ਦੱਸਿਆ ਹੈ ਜਿਹੜਾ ਬੰਦਾ ਸ਼ੱਕ ਵਾਲੀ ਚੀਜ਼ ਤੂੰ, ਸ਼ੱਕ ਵਾਲੀ ਗੱਲ ਤੂੰ ਬਚ ਵੰਨੇ, ਸ਼ੱਕ ਵਾਲੇ ਲਿਬਾਸ ਤੂੰ ਬਚ ਵੰਨੇ, ਸ਼ੱਕ ਵਾਲੀ ਗਿਜ਼ਾ ਤੂੰ ਬਚ ਵੈਂਦਾ ਹੈ, ਮੈਂ ਮੁਹੰਮਦ ਜ਼ਾਮਿਨਾ, ਉਹਦਾ ਦੀਨ ਵੀ ਮਹਿਫੂਜ਼ ਹੋ ਗਿਆ, ਉਹਦੀ ਇੱਜ਼ਤ ਵੀ ਅੱਲਾ ਤਾਲਾ ਮਹਿਫੂਜ਼ ਰੱਖਦਾ। ਸਾਨੂੰ ਬੜੀਆਂ ਗੱਲਾਂ ਉਸ ਦੱਸੀਆਂ, ਇਸਮੂ ਮੁਹੰਮਦ ਨਾ ਉਹਦਾ ਮੁਹੰਮਦ ਹੇ ਸਾਡੇ ਵਿੱਚ ਦਾ ਪਲਿਆ ਤੇ ਜੰਮਿਆ ਹੋਇਆ। ਅੱਲਾ ਕਰੀਮ ਨੇ ਉਸਨੂੰ ਵਿੱਚੇ ਵਿੱਚੇ ਪੜ੍ਹਾਈ ਤੇ ਉਠਾਈ ਰੱਖਿਆ ਹੈ। ਹੁਣ ਬਾਦਸ਼ਾਹ ਸਾਨੂੰ ਭੁੱਖਾਂ ਦੀ ਪਰਵਾਹ ਤੱਕ ਆਈ ਨਹੀਂ ਆਉਂਦੀ, ਮਹੀਨਾ ਮਹੀਨਾ ਤੁਹਾਡੇ ਟੁੱਕਰ ਨਾ ਮਿਲੇ, ਅਸਾਂ ਕਦੇ ਅਫਸੋਸ ਹੀ ਨਹੀਂ ਕੀਤਾ। ਜਿਹੜਾ ਮਕਸਦ ਸਾਨੂੰ ਉਸਨੇ ਦਿੱਤਾ ਅਸਾਂ ਉਹ ਮਕਸਦ ਲੈ ਕੇ ਟੁਰਦੇ ਵਧਿਆ। ਬਦ ਦਿਮਾਗ ਹੋ ਗਿਆ ਯਸਦ ਜਰਦ, ਦਿਮਾਗ ਉਹਦਾ ਆਪਣੇ ਟਿਕਾਣੇ ਤੇ ਨਾ ਰਹਿ ਜੂ। ਇਹ ਕੇਸ਼ ਆ, ਇਹਨਾਂ ਦਾ ਵਜੂਦ ਦਸੇਦਾ, ਇਹਨਾਂ ਦੀ ਬੋਲ ਬਾਲ ਦਸੇਦੀ, ਇਹਨਾਂ ਦਾ ਸਭ ਕੁਝ ਦਸੇਦਾ, ਇਹਨਾਂ ਦਾ ਰਹਿਣ ਸਹਿਣ ਦਸੇਦਾ। ਬਈ ਇਹ ਕਹੇ ਖਾਤੇ ਦੇ ਨਹੀਂ, ਇਹ ਕਰੂ ਕੇ ਹਨ। ਉਸ ਵੇਲੇ ਬਾਦਸ਼ਾਹ ਦਾ ਅੱਛਾ ਦੱਸੋ ਤੁਸਾਂ ਕਿਵੇਂ ਆਏ ਵਧੇ ਹੋ, ਤੁਹਾਨੂੰ ਕਮਕ ਦੀ ਜ਼ਰੂਰਤ ਹੈ? ਅਖੇ ਨਹੀਂ ਜੀ, ਅਸਾਂ ਕਮਕਾਂ ਸ਼ਮਕਾਂ ਤੇ ਇਮਦਾਦਾਂ ਕੋਲੋਂ ਬੇਨਿਆਜ਼ ਹੋ ਗਏ। ਉਹ ਕੋਲ ਜੀ ਹਥਿਆਰ ਵਧਾ ਸਾਡ ਮਾਰਨਾ ਕਹੇ ਨੂੰ, ਅਸਾਂ ਕਦੇ ਨਹੀਂ ਮਦਦ ਸ਼ਤਾ ਮੰਗੀ। ਹੱਥਾਂ ਕੇ ਅਕਸਰ ਔਕਾਤ ਮੁਸ਼ਰਕ ਲੋਕ ਹੁੰਦੇ ਖੱਟੇ ਟੀਟ ਮੁਸ਼ਰਕ ਹਨ, ਕਬਰ ਚੱਟ ਮੁਰਦੇ ਪੱਟ, ਤੇ ਇੰਨੇ ਮੁਹੰਮਦ ਦੇ ਨਾਲ ਪਿਆਰ ਦੀ ਵਜ੍ਹਾ ਤੋਂ ਤਲਵਾਰਾਂ ਚਾ ਕੇ ਟੁਰ ਪਵੇ ਨਾ, ਤੇ ਵੰਜ ਕੇ ਆਖੇ ਨਾ। ਨਬੀ ਸਾਹਿਬ ਪੁੱਛਿਆ ਕਿਵੇਂ ਆਂਦੇ ਪਏ ਹੋ? ਉਹ ਆਖੇ ਨਾ ਜੀ, ਲੈ ਅਤਬਾ ਕਾ ਲੈ ਉਹ ਕਾਤਿਲ ਮਾ ਕਾ, ਸਾਨੂੰ ਤੇਰੇ ਨਾਲ ਉਹਨੇ ਦਿੱਲੀ ਮੁਹੱਬਤ ਹੈ, ਮਜ਼ਹਬ ਸਾਡਾ ਭਾਵੇਂ ਹੋਰ ਹੈ ਪਿਆ, ਸਾਨੂੰ ਦਿੱਲੀ ਮੁਹੱਬਤ ਹੈ, ਸਾਨੂੰ ਮਜਬੂਰ ਕੀਤਾ ਦਿਲ ਦੀ ਮੁਹੱਬਤ, ਅਸਾਂ ਤਲਵਾਰ ਲੈ ਕੇ ਤੇਰੇ ਪਾਸੇ ਖਲੋ ਕੇ ਤੇ ਮੁਖਾਲਫਾਂ ਨਾਲ ਲੜਾਂ। ਅੱਲਾ ਦੇ ਨਬੀ ਆਦਾ, ਜੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਪਿੱਛੇ ਹਟ ਵਜੋ, ਮੈਂ ਮੁਸ਼ਰਕ ਦਾ ਤਾਮੁਨ ਕਦੇ ਹਾਸਿਲ ਨਹੀਂ ਕਰ ਸਕਦਾ। ਜਿਹੜਾ ਮੁਸ਼ਰਕ ਹੈ ਉਹਦਾ ਤਾਮੁਨ ਅਸਾਂ ਕਦੇ ਹਾਸਿਲ ਨਹੀਂ ਕਰ ਸਕਦੇ।
ਜਾਏ ਕਿ ਮੁਸ਼ਰਕ ਦੇ ਪੈਸੇ ਨਾਲ ਮਸੀਤਾਂ ਬਣਾਉਣੀਆਂ ਤੇ ਮਦਰਸੇ ਚਲਾਉਣੇ ਤੇ ਚੰਦੇ ਪਿੰਨਣੇ, ਇਹ ਤਾਂ ਪਿੱਛਾ ਰਹਿ ਗਈ ਗੱਲ। ਜਾਂ ਉਹਦੀ ਕੁੱਠੀ ਖਾਵਣੀ, ਜਾਂ ਉਹਦੀ ਛੋਹਰ ਲਵਣੀ, ਜਾਂ ਰਿਸ਼ਤੇਦਾਰੀ ਕਰਨੀ। ਮੁਸ਼ਰਕ ਦੀ ਅਸਾਂ ਸਿਰਫ ਤਾਂ ਵੀ ਨਹੀਂ, ਇਤਨਾ ਹੀ ਨਹੀਂ ਜੋ ਸਾਡੇ ਇਕੱਠੇ ਹੋ ਤਲਵਾਰ ਚਾ ਕੇ ਤੁਰ ਪਵੇ, ਮੈਂ ਮੁਹੰਮਦ ਇਤਨਾ ਹੀ ਬਰਦਾਸ਼ਤ ਨਹੀਂ ਕਰਦਾ। ਸਪੀਟ ਲੱਗੀ ਹੋਈ ਆਈ ਅੱਲਾ ਦੀ ਤੌਹੀਦ ਦੀ, ਤੇ ਗਰੀਬ ਜਿਹਾ ਇੱਕ ਬੰਦਾ ਤੇ ਗੱਲਾਂ ਇਹ ਖਲਾ ਕਰਦਾ, ਉਹ ਲੁਕਨਤ ਨਹੀਂ ਪਿਆਦੀ ਜਿਵੇਂ ਪਾਣੀ ਤਲਵਾਰ ਮਰੀ ਵੀ ਤੇ ਅੜਦੀ ਨਹੀਂ। ਬਿਲ ਆਖਿਰਾ ਦਾ ਯਾਰ ਤੈਨੂੰ ਦੱਸਿਆ ਜਿਹੜੀ ਪਰ ਉਹ ਸਭੇ ਕਰਾਰ ਵਧਿਆ ਹੈ, ਜੇ ਨਾ ਕੁਮ ਵਈਆ ਹੁਮ ਫੀ ਦੁਨੀਆ, ਅਸਾਂ ਵੀ ਆਇਆ ਹੈ ਤੁਹਾਡੇ ਵੀ ਆਇਆ ਹੈ ਤੇ ਹੋਰ ਜਹਾਨ ਚ ਅਸਾਂ ਫਿਰਨਾ ਹੈ। ਜੇ ਜ਼ਿੰਦਗੀ ਸਾਡੀ ਰਹਿ ਗਈ ਇਸ ਵਾਸਤੇ ਵਧਿਆ ਹੈ, ਇਖਰਾਜ ਇਬਾਦ ਬਿਨ ਇਬਾਦਤ ਇਬਾਦ ਇਲਾ ਇਬਾਦਤ ਰੱਬ ਇਬਾਦ, ਅਸਾਂ ਇਸ ਵਾਸਤੇ ਤੁਰੇ ਵਧਿਆ ਹੈ। ਦੁਨੀਆਂ ਦੇ ਅੰਦਰ ਕੋਈ ਬੰਦਾ ਕਹੇ ਬੰਦੇ ਦੀ ਇਬਾਦਤ ਨਾ ਕਰੇ, ਇੱਕ ਕਣ ਡਿੱਠੇ ਦੀ ਇਬਾਦਤ ਹੋ ਜਾਵੇ ਜਾਰੀ। ਅਸਾਂ ਇਸ ਵਾਸਤੇ ਆਏ ਵਧਿਆ ਤੇ ਤੂੰ ਹੀ ਸੰਭੇ ਲਵਾਂ, ਉਹ ਤਾਂ ਯਕਦਮ ਫੜਕਿਆ ਹਾਂ ਇਹ ਉਲਟਾ ਮੇਰੇ ਉੱਤੇ ਵਾਰ ਕਰ ਰਹੇ ਤੇ ਹਮਲਾ ਕਰ ਰਿਹਾ, ਤੂੰ ਸੰਭੇ ਲਵਾਂ ਗੱਲ ਅਸਲੇ ਮੈਂ ਤੁਸਲਾ, ਜੇ ਤੂੰ ਮਨ ਵੰਨੇ ਮਸਲਾ ਆਪਣੀ ਇਬਾਦਤ ਹੀ ਨਾ ਕਰਵਾ, ਕਹੇ ਦੂਸਰੇ ਦੀ ਇਬਾਦਤ ਹੀ ਨਹੀਂ, ਇਬਾਦਤ ਹੋਵੇ ਤਾਂ ਉਸੇ ਦੀ ਜਿਹੜਾ ਕਹੇ ਨੂੰ ਅੱਜ ਤੋੜੀ ਨਜ਼ਰ ਨਹੀਂ ਆਇਆ। ਅਸਾਂ ਤਾਂ ਵਧਿਆ ਇਸੇ ਵਾਸਤੇ, ਕੋਈ ਰਕੂ ਕੋਈ ਸੇਵਾ ਕੋਈ ਸਜਦਾ ਕੋਈ ਨਿਆਸ ਕੋਈ ਉਮੀਦ ਤੇ ਕੋਈ ਭਰੋਸਾ ਕੋਈ ਤਵੱਕਲ ਕੋਈ ਆਸਰਾ ਕੋਈ ਆਸ ਕਿਸੇ ਗੈਰ ਤੇ ਨਹੀਂ ਆਉਣ ਦੇਵਣੀ। ਸਾਡੀ ਜਾਨ ਰਹਿ ਗਈ ਜਿਵੇਂ ਅਸਾਂ ਆਪ ਵਧਿਆ ਹੈ, ਇੰਨੇ ਦੁਨੀਆਂ ਨੂੰ ਬਣਾ ਕੇ ਅੱਲਾ ਦੇ ਲੈ ਵੰਜਣਾ। ਅੰਦਾਜ਼ਾ ਲਗਾਓ ਉਹ ਕਿਹੜੀ ਤਾਕਤ ਆਈ ਜਿਹੜੀ ਉਹਨਾਂ ਦੇ ਵਿੱਚ ਖਲੀ ਬੁਲੈਂਦੀ। ਉਹ ਖੁਦਾ ਆਪ ਤਾਂ ਨਾ ਹੀ ਵੜਿਆ ਖਲਾ ਵਿੱਚ, ਅੱਲਾ ਤਾਂ ਟੋਖੜਿਆ ਤੇ ਮਕਾਨਾਂ ਕੋਲੋਂ ਪਾ ਕੇ। ਉਹ ਕਿਹੜਾ ਯਕੀਨ ਆਈ ਤੇ ਕਿਹੜਾ ਅੱਲਾ ਨੂੰ ਸੱਡ ਮਾਰਾਂ ਦੇ ਉੱਤੇ ਦਸਤੂਰ ਆਈ ਜਿਹਦੇ ਵਿੱਚ ਸੁੱਖ ਤੇ ਚੈਨ ਚ ਖਲਾ ਗੱਲ ਕਰੇਗਾ। ਇਸੇ ਵਾਸਤੇ ਨਬੀ ਇਸਲਾਮ ਫਰਮਾਇਆ, ਜ਼ਾਲਿਮ ਬਾਦਸ਼ਾਹ ਦੇ ਸਾਹਮਣੇ ਕਲਮਾ ਹੱਕ ਦਾ ਆਖਣਾ ਇਹ ਮੇਰੀ ਸ਼ਰੀਅਤ ਚ ਇਸ ਦੇ ਨਾਲ ਦਾ ਜਿਹਾਦ ਹੋਰ ਕੋਈ ਨਹੀਂ ਵੱਡਾ। ਜ਼ਾਲਿਮ ਹੀ ਨਹੀਂ ਅਸਲਮ ਆਦਮੀ ਹੈ, ਅੱਗ ਦੇ ਪੁਜਾਰੀ ਮੁਸ਼ਰਕ ਖੱਟੇ ਟੀਟ ਖਾਨਦਾਨੀ ਉਹਨਾਂ ਦੇ ਸਾਹਮਣੇ ਗੱਲ ਹੋ ਰਹੀ। ਤੁਸੀਂ ਇਮਾਨ ਨਾਲ ਦੱਸੋ ਅੱਜ ਸਾਡੇ ਵਿੱਚ ਤਾਕਤ ਹੈ? ਇੱਕ ਮਿੰਬਰ ਬਣ ਜਾਵੇ ਨਾ ਮਿੰਬੋ ਜਿਹੜਾ ਉਹ ਤੁਹਾਡੀਆਂ ਅਰੂੜੀਆਂ ਤੇ ਵਧਾ ਰੁਲਦਾ ਹੁੰਦਾ ਵੋਟਾਂ ਵਾਸਤੇ, ਉਸੇ ਮਿੰਬਰ ਨਾਲ ਹੀ ਕੋਈ ਕੰਮ ਪੈ ਜਾਵੇ ਤੇ ਉਹ ਅੱਗੂ ਕੋਈ ਅੱਖ ਦੂਈ ਚਾ ਕਰਕੇ ਵੇਖਾ ਤਾਂ ਸਾਈ ਜਿਵੇਂ ਜਿਵੇਂ ਤੂੰ ਆਖੇ ਉਂਝ ਹੀ ਹੋ ਸਕਦਾ। ਹਾਲਾਂਕਿ ਹੁੰਦਾ ਉਹ ਉਸਦਾ ਜਿਹੜਾ ਤੁਹਾਡੀਆਂ ਗਲੀਆਂ ਚ ਰੁਲ ਕੇ ਵੈਂਦਾ, ਇਹੀਆਂ ਹੀ ਕਰਦਾ, ਬੂਠੀ ਚਿੱਬੀ ਕਰਦਾ, ਮਿੰਨਤ ਕਰਦਾ, ਉਹ ਕੁੱਤੇ ਦੀਆਂ ਨੇਲੀਆਂ ਦੇ ਉੱਤੇ ਆ ਕੇ ਖਲੋਂਦਾ ਬਾਂਦਾ ਵੀ ਨਾਲ ਹੈ। ਮਗਰ ਇਤਨਾ ਈਮਾਨ ਨਹੀਂ, ਨਾ ਉਹ ਯਕੀਨ ਹੈ, ਨਾ ਉਹ ਅੱਲਾ ਪਾਕ ਦਾ ਮਾਰੇ ਹੋਇਆ ਸਾਡੇ, ਨਾ ਉਹ ਤਵੱਕਲ ਹੈ ਨਾ ਭਰੋਸਾ ਹੈ। ਇਸ ਵਾਸਤੇ ਬੰਦੇ ਆਪਣੇ ਦੀਨ ਨੂੰ ਛੋੜ ਦਿੰਦੇ ਨੇ ਮਗਰ ਦੁਨੀਆਂ ਦਾ ਮਾਮਲਾ ਕਦੇ ਛੋੜਨ ਵਾਸਤੇ ਤਿਆਰ ਨਹੀਂ ਹੁੰਦੇ। ਇਹ ਆਦਮੀ ਅੱਲਾ ਦੇ ਕਾਗਜ਼ਾਂ ਚ ਬਿਲਕੁਲ ਕਾਫਿਰ ਹੁੰਦੇ ਨੇ, ਭਾਵੇਂ ਕਲਮਾ ਪੜ੍ਹਨ ਤੇ ਭਾਵੇਂ ਨਵਾਜ਼ਾਂ ਪੜ੍ਹੇ। ਬੰਦਾ ਉਹ ਬੰਦੇ ਦਾ ਪੁੱਤਰ ਜਿਹੜਾ ਜ਼ਰੂਰਤ ਦੇ ਟਾਈਮ ਦੇ ਉੱਤੇ ਅਸਲ ਮਕਸਦ ਉਹਦੇ ਦਿਲ ਚ ਹੋਵੇ ਕਿ ਮੈਂ ਅੱਲਾ ਦਾ ਦੀਨ ਪਹੁੰਚਾਉਣਾ ਜਿਵੇਂ ਮੁਹੰਮਦ ਪਾਕ ਨੇ ਆਖਿਆ, ਭਾਵੇਂ ਕੱਚਾ ਆਂਦਾ ਤੇ ਭਾਵੇਂ ਪੱਕਾ ਆਂਦਾ, ਭੁਕਾ ਫੱਤੇ ਵਾਹ ਦੇਵੇ, ਭਾਵੇਂ ਕਹਿੰਦੇ ਮੱਥੇ ਚ ਲੱਗੇ ਤੇ ਭਾਵੇਂ ਕਹਿੰਦੇ ਸੀਨੇ ਚ ਲੱਗੇ। ਬਿਲ ਆਖਿਰ ਬਾਦਸ਼ਾਹ ਨੂੰ ਆਦਾ, ਹਾਲਾਂਕਿ ਉਹ ਇਕਤਦਾਰ ਦੀ ਕੁਰਸੀ ਤੇ ਜਲਮਲ ਜਲਮਲ ਕਰਦੇ ਹੋਏ ਨੌਕਰ ਤੇ ਨਾਲ ਪੋਸ਼ ਪੋਸ਼ ਕਰਨ ਵਾਲੇ ਸ਼ੁਰੂ ਤੇ ਤਲਵਾਰਾਂ ਹੱਥ ਚ ਲੈ ਕੇ ਖਲਨ ਜੱਲਾਦ ਇੰਤਜ਼ਾਰ ਚ ਨੂੰ ਚੂਹੇ ਜਿਹੜੇ ਕਤਲ ਕਰਨ ਵਾਸਤੇ ਆਉਂਦੇ ਨੇ। ਬਾਦਸ਼ਾਹ ਇਸ਼ਾਰਾ ਕਰੇ ਤੇ ਸਾਡਾ ਸਿਰ ਕਲਮ ਕਰ ਦੇਵਾਂ, ਸੱਜੇ ਖੱਬੇ ਹੀ ਵੇਦਾ ਸਾਰਾ ਕੁਝ ਵੇਦਾ, ਵੇਖ ਕੇ ਮੁਸਕਰਾ ਕੇ ਵਾਤਾ ਦਾ ਤਿਆਰ ਹੋ ਵੰਜ ਬਾਦਸ਼ਾਹ।
कितने दयाले वखवा मंगना ही सोचना ही तो सोच ला है। बल्ले 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 ये हाल जे इस्लाम दा नक्शा असल बयान करो तो साडे च ईमान आखो चा कोई सच्ची गल आखरी पंक्ति जे इस्लाम इसे दे ना है जेड़ा मुहम्मद रसूल समझा के गया है जितने हाँ मुसलमान सा मुनाफे को फतवा तो लग सकता है मुसलमान नहीं अल्लाह के कागज के बंदा जरा अजक सीधी डिंगी आखे तो वह तू रूचे डट वजे वादा भी कुकड़ मिट्टी उदाए अपने सिर पाए अपना सिर धोवो असल बेईमान ही हो आदमी जरा इन करता है मजबूरी है जेड़े भूखे पेट वधन अपना वतन पिछले हजारा मील करके पैदल आए भुख बर्दाश्त करके आए मगर उन्होंने पता है कि जरा फरीजा साढ़े अल्लाह साढ़े उत्ते कीता फर्ज ते मुहम्मद दस्या है साड़ी जान लगे तो इस फर्ज अल्लाह ते आज तो मौलवी का हाल तो शुदाए चंदे पिंदा यदि सदुकड़ी फरी वे भावे दीन के पले का शरह तो भावे ये आखे कौन चंदा ये जी आखे है तो शिया पर कुछ साडे नाल मुहब्बत रखता है शिया हो के तेरे नाल मुहब्बत तेरे को छोर लवड़ी हो खुदा नाल रिश्ता कौन उस कंजर नु तेरे नाल क्यों हो गया ताल्लुक होता हे शिया हे मुशरिक हे गंदा हे मिर्जाई ते तेरे नाल ताल्लुक लग गया है मालूम होता तेरे उत्ते सा गति वधा है जियो जिया ओ काफिर उंगे तरह तू काफिर वरना तेरे अंदर तो गैरत हो गया इतनी गैरत हो गया कि तेरे वेख ही ना सक गया मुसलमान बेईमान दर वेखे इंजे जिन्हें मुसलमान यतीम होवे ते भुखा आदमी जिन्हें सूर दर वेखे ता अख सड़ वैंदी है मुसलमान मुशरक ते बेदीन दर वेखे ता इंजे अख सड़ वैंदी है ये उल्टा कोई यही यही करेंदा है अंदाजा लगाओ आदमी एक के ओ बाकी चौतरी आदमी पिछा बैठे खुदा जाने ओके अल्लाह तू दे विरदे च बैठे एक आदमी आया खला है ते जालमा दे वेड़े च आया खला है और हत्ता के उन्हें पलीता दे पंजे च आया खला है मगर सज्जे खबे वेख के मुस्कुरा के ते वत खिताब करेंदा बादशाह यज़्द जरदा दा उसनू जी सानू सोचण दे ईमान नाल दसो चैन ते सकून च केड़ा खला है हेठला के उतला जेड़ा तख्त ते बैठा है वह सकून च है या जेड़ा पैरू नंगा खलोता है वह सकून च खला है कड़ी शाय उस यकीन सकून दिता सानू सोचन दो आखिर कितना सोचना ही कमाले सारे दे सारे दौलर शाही आले हैरान कि ये बंदा कौन है तो कई शाय पिलाई खलोता है जो बादशाह कंबदा भी नाल है पसीना ही नाल आ गया है ते नाल फर थड़ा के गल्ला करेंदा है ते आदा है सानू सोचन दा मौका दे बादशाह आदा है सानू दो महीने सोचन दा मौका दे आदा है कोई ना अठ पार ही ने इस तू ज्यादा कोई ना इन्हें ही होवे मुसलमान की गल किसे जो तुम हमेशा हजारा सुन दे कदे लेखा किया ने भाई साढ़े पल्ले इस्लाम कोई है या नहीं क्योंकि नेका आदमिया की नेकी बयान करना इबादत नहीं नेका की नेकी उत्ते अमल करना इबादत है जे छड़ा इन लोगों की तारीफा करन नाल नबिया दी वलिया दी पीरा फकीरां दी तारीफ करन नाल बंदा छुटदा तो वत अबू जहल जी बहिश्ती कोई नहीं जहान च तारीफा नाल कुछ नहीं बनता तारीफ छड़ी करो तो उल्टा लिपर लग सन तारीफ उस चंगी लगती है जिस तू ते अमल करके भी आदमी विखाए कायनात च असा तुसा लोग काफरां दे मुल्क च मुंह घतण दे काबिल नहीं नाज नखरा ता है जो साढ़े को हिसाब किताब लवण वाला कोई नहीं